ਬੀਤੇ ਦਿਨੀ ਬਠਿੰਡਾ ਦੇ ਕ੍ਰਿਸ਼ਨਾ ਕੌਂਟੀਨੈਂਟਲ ਹੋਟਲ ਵਿਖੇ ਕਰਵਾਏ ਆਰਥੋ ਰੋਬੋਟਿਕ ਲਾਂਚ ਸਮਾਗਮ ਦੌਰਾਨ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਬਠਿੰਡਾ ਸਿਹਤ ਸੇਵਾਵਾਂ ਦੇ ਮਾਮਲੇ ਵਿੱਚ ਅੱਜ ਦੁਨੀਆ ਦੇ ਨਕਸ਼ੇ ਤੇ ਉਭਰ ਕੇ ਸਾਹਮਣੇ ਆ ਰਿਹਾ ਹੈ। ਉਹਨਾਂ ਗੋਡੇ ਬਦਲਣ ਦੀ ਸਰਜਰੀ ਵਾਲੇ ਨਵੇਂ ਰੋਬੋਟਿਕ ਸੈਂਟਰ ਨੂੰ ਬਠਿੰਡਾ ਵਿੱਚ ਸ਼ੁਰੂ ਕਰਨ ਲਈ ਡਾਕਟਰ ਅੰਮ੍ਰਿਤ ਗੁਪਤਾ ਅਤੇ ਡਾਕਟਰ ਮੋਹਿਤ ਗੁਪਤਾ ਨੂੰ ਵਧਾਈ ਦਿੱਤੀ। ਗੁਪਤਾ ਹਸਪਤਾਲ ਬਠਿੰਡੇ ਵਿੱਚ ਨੀ ਰਿਪਲੇਸਮੈਂਟ ਸਰਜਰੀ ਦਾ ਸਭ ਤੋਂ ਐਡਵਾਂਸ ਅਤੇ ਲੇਟੈਸਟ ਰੋਬੋਟ ਟੈਕਨੀਕ ਲੈ ਕੇ ਆਇਆ ਹੈ, ਜਿਸਦੇ ਆਪਣੇ ਦੇਸ਼ ਦੇ ਵਿੱਚ ਸਿਰਫ 10 ਤੋਂ 12 ਸੈਂਟਰ ਹੈ। ਇਹ ਮਾਮਲੇ ਦਾ ਪਹਿਲਾ USFDA ਅਪਰੂਵ ਜੁਆਇੰਟ ਰਿਪਲੇਸਮੈਂਟ ਰੋਬੋਟ ਹੈ। ਡਾਕਟਰ ਮੋਹਿਤ ਗੁਪਤਾ ਨੇ ਅੱਜ ਇੱਥੇ ਆਰਥੋ ਰੋਬੋਟਿਕ ਸੈਂਟਰ ਦੀ ਸ਼ੁਰੂਆਤ ਕੀਤੀ ਹੈ। ਮੈਂ ਇਹਨਾਂ ਨੂੰ ਬਹੁਤ ਵਧਾਈ ਦਿੰਦਾ ਕਿ ਇਹ ਸੇਵਾ ਜਿਹੜੀ ਹੈ ਤਨ ਮਨ ਧਨ ਨਾਲ ਪ੍ਰੋਪਰ ਵਧੀਆ ਸੇਵਾ ਕਰਨਗੇ ਔਰ ਸਾਡੇ ਜਿਹੜੇ ਇਸ ਰੀਜਨ ਦੇ ਜਿਹੜੇ ਸਾਡੇ ਲੋਕ ਨੇ ਉਹਨਾਂ ਨੂੰ ਵਰਲਡ ਕਲਾਸ ਜਿਹੜੀ ਫੈਸਿਲਿਟੀ ਇੱਥੇ ਬਠਿੰਡਾ 'ਚ ਦੇਣਗੇ। ਇਸ ਮੌਕੇ ਬੋਲਦਿਆਂ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਡਾਕਟਰ ਮੋਹਿਤ ਗੁਪਤਾ ਨੇ ਅਤਿ ਆਧੁਨਿਕ ਤਕਨੀਕ ਵਾਲਾ ਇਹ ਰੋਬੋਟ ਲਿਆ ਕੇ ਇਲਾਕਾ ਵਾਸੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਰੋਬੋਟਿਕ ਸੈਂਟਰ ਦਾ ਲਾਭ ਪੰਜਾਬ ਦੇ ਨਾਲ ਨਾਲ ਹਰਿਆਣਾ ਅਤੇ ਰਾਜਸਥਾਨ ਵਾਸੀਆਂ ਨੂੰ ਵੀ ਹੋਵੇਗਾ। ਜ਼ਿੰਦਗੀ ਜਦੋਂ ਬੋਟਾ ਨਹੀਂ ਨਾ ਚੱਲਦਾ ਸਮਝ ਲਓ ਉਦੋਂ ਬੰਦਾ ਬੁੱਢਾ ਹੁੰਦਾ, ਬੁਢਾਪਾ ਬਹੁਤ ਵੱਡਾ ਔਖਾ ਹੈ। ਤੁਸੀਂ ਸਾਡੇ ਲੋਕਾਂ ਦੀ ਜ਼ਿੰਦਗੀਆਂ ਨੂੰ ਸੌਖੇ ਕਰੋਗੇ, ਤੁਸੀਂ ਹੋਰ ਸੌਖੇ ਕਰੋ। ਔਰ ਮੈਂ ਆਸ ਕਰਦਾ ਤੁਸੀਂ ਵੱਧ ਤੋਂ ਵੱਧ ਗੋਡੇ ਬਚਾਓ। ਤੁਸੀਂ ਬੜਾ ਵੱਡਾ ਹੌਸਲਾ ਕੀਤਾ ਕਿਉਂਕਿ ਇੰਨੀ ਇਨਵੈਸਟਮੈਂਟ ਪਤਾ ਕਹਿੰਦਾ ਯਾਰ ਮੈਂ ਲੁਧਿਆਣੇ ਕਹਿੰਦਾ ਕਿੱਥੇ ਲੋਕਾਂ ਕੋਲ ਪੈਸੇ ਆ, ਨਹੀਂ ਤਾਂ ਸਾਡੇ ਡਾਕਟਰ ਇੱਥੋਂ ਪੜ੍ਹਦੇ ਆ ਅਮੈਰੀਕਾ ਕਿੱਥੇ ਜਾਂਦੇ ਆ। ਤੁਹਾਡੇ ਕੋਲ ਤਾਂ ਉਹ ਵੀ ਆਪਸ਼ਨ ਹੋਣਾ, ਪਰ ਤੁਸੀਂ ਨਹੀਂ ਅਵੇਲ ਕੀਤਾ, ਤੁਸੀਂ ਇੱਥੇ ਸੇਵਾ ਨੂੰ ਅੱਗੇ ਰੱਖਿਆ। ਬਾਕੀ ਸੇਵਾ ਬਾਰੇ ਗੁਰੂ ਸਾਹਿਬ ਦਾ ਫਰਮਾਨ ਹੈ, ਇਹਦੇ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਾਹ ਮੈਸਨ ਪਾਈਏ। ਇਹ ਬਹੁਤ ਵੱਡਾ ਤੁਸੀਂ ਜਿਹੜਾ ਅੱਜ ਰੱਖਿਆ, ਤੁਹਾਡੇ ਤੇ ਭਗਵਾਨ ਨੇ ਕਿਰਪਾ ਕੀਤੀ ਹੈ। ਤੁਸੀਂ ਬਠਿੰਡਾ ਵੀ ਮੇਰੇ ਆਪਣੇ ਇਸ ਰੀਜਨ ਦੀ ਸੇਵਾ ਕਰਨ ਦਾ ਤਹੀਆ ਕੀਤਾ, ਇਸ ਸਮੇਂ ਮੈਂ ਆਪ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਸੰਧਵਾ ਨੇ ਕਿਹਾ ਕਿ ਗੁਪਤਾ ਹਸਪਤਾਲ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ। ਜ਼ਿਕਰਯੋਗ ਹੈ ਕਿ ਡਾਕਟਰ ਅੰਮ੍ਰਿਤ ਗੁਪਤਾ ਨੇ ਹੱਡੀਆਂ ਅਤੇ ਜੋੜਾਂ ਦੇ ਇਲਾਜ ਲਈ ਸਾਲ 1980 ਵਿੱਚ ਬਠਿੰਡਾ ਅੰਦਰ ਗੁਪਤਾ ਹਸਪਤਾਲ ਦੀ ਸ਼ੁਰੂਆਤ ਉਸ ਵੇਲੇ ਕੀਤੀ ਸੀ ਜਦੋਂ ਇਸ ਇਲਾਕੇ ਵਿੱਚ ਕੋਈ ਵੀ ਆਰਥੋ ਹਸਪਤਾਲ ਨਹੀਂ ਹੁੰਦਾ ਸੀ। ਡਾਕਟਰ ਅੰਮ੍ਰਿਤ ਗੁਪਤਾ ਵੱਲੋਂ ਸ਼ੁਰੂ ਕੀਤੇ ਇਸ ਹਸਪਤਾਲ ਵਿੱਚ ਉਹਨਾਂ ਦੇ ਛੋਟੇ ਬੇਟੇ ਡਾਕਟਰ ਮੋਹਿਤ ਗੁਪਤਾ ਨੇ ਜੌਨਸਨ ਐਂਡ ਜੌਨਸਨ ਕੰਪਨੀ ਦਾ ਅਤਿ ਆਧੁਨਿਕ ਵੈਲਿਸ ਰੋਬੋਟ ਲਿਆਂਦਾ ਹੈ, ਜੋ ਕਿ ਗੋਡਿਆਂ ਦੀ ਤਕਲੀਫ ਤੋਂ ਪੀੜਿਤ ਇਲਾਕਾ ਵਾਸੀਆਂ ਲਈ ਇੱਕ ਵਰਦਾਨ ਸਾਬਿਤ ਹੋਵੇਗਾ। ਡਾਕਟਰ ਮੋਹਿਤ ਗੁਪਤਾ ਤੋਂ ਗੋਡੇ ਪਵਾ ਕੇ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਵੱਡੀ ਗਿਣਤੀ ਵਿਅਕਤੀਆਂ ਨੇ ਇਸ ਆਰਥੋ ਰੋਬੋਟਿਕ ਲਾਂਚ ਸੈਂਟਰ ਦੇ ਲਾਂਚ ਸਮਾਗਮ ਵਿੱਚ ਸ਼ਿਰਕਤ ਕੀਤੀ ਅਤੇ ਉਹਨਾਂ ਆਪਣੇ ਤਜਰਬੇ ਸਾਂਝੇ ਕਰਦਿਆਂ ਦੱਸਿਆ ਕਿ ਕਿਵੇਂ ਗੋਡੇ ਪਵਾ ਕੇ ਉਹਨਾਂ ਨੂੰ ਨਵੀਂ ਜ਼ਿੰਦਗੀ ਮਿਲੀ ਹੈ। ਨਰੰਗ ਸਿੰਘ, ਪਿੰਡ ਗੁਜਰਾ, ਅਸੀਂ ਮਾਣੀ ਵਾਲੇ ਵੱਜਦੇ ਹਾਂ ਜੀ। ਮੇਰੇ ਗੋਡੇ ਬਹੁਤ ਜ਼ਿਆਦਾ ਦੁਖਦੇ ਸੀ, ਜਿੰਨੇ ਵੀ ਕਹਿ ਦਿੰਦੇ, ਅਤੇ ਮੇਰਾ ਜਮਾਈ ਲੈ ਕੇ ਆ ਗਿਆ ਵੱਡੇ ਖੀਵੇ ਤੋਂ, ਅਤੇ ਮੈਂ ਮਤਲਬ ਮੇਰਾ ਗੋਡਾ ਪਾਇਆ 16 ਜੀ। 16 'ਚ ਮੇਰਾ ਜਦੋਂ ਗੋਡਾ ਪਾਇਆ ਜੀ, ਮਤਲਬ ਦੂਸਰਾ ਗੋਡਾ ਮੇਰਾ ਉਦੋਂ 3 ਦੂਸਰੇ ਸਾਲ ਪਿਆ। ਫਿਰ ਮੇਰੇ ਨਾਲ 10 ਬੰਦੇ ਹੋਰ ਆ ਗਏ, 10 ਬੰਦੇ ਦੇ ਮੈਂ ਗੋਡੇ ਪਾਏ। ਫਿਰ ਮੇਰੀ ਬੇਟੀ 55 ਸਾਲ ਦੀ ਹੈ, ਉਹਦੇ ਗੋਡੇ ਪਏ ਜੀ 24 ਇੰਚ ਅੱਡਿਆਂ ਦੀ ਪੌੜੀ 'ਤੇ 10 ਇੰਚ ਅੱਡਾ, ਹੁਣ ਕੋਠੇ 'ਤੇ ਚੜ੍ਹ ਜਾਂਦੀ ਹੈ ਜੀ। ਉਹ ਅੱਛਾ, 2 ਬੱਚਿਆਂ ਦੇ ਮੈਂ ਪੈਰ ਫਿੱਟੇ ਕਰਾਏ ਜੀ, ਇੱਕ ਦਾ ਮੁੱਠੀ ਮਿੱਟੀ ਹੋਈ ਸੀ ਅਤੇ ਇੱਕ ਦਾ ਮਾੜਾ ਜਿਹਾ ਟੇਢਾ ਪੈਰ ਸੀ, 2 ਬੰਦੇ ਦੇ ਮੈਂ ਪਾਏ ਨੇ ਚੂਲੇ। ਚੂਲੇ ਪਾਉਣ ਦਾ ਅਤੇ ਇਹਦਾ ਤਜਰਬਾ, ਮੈਂ ਭੁੰਜੇ ਹੀ ਬਹਿ ਜਾਣਾ ਜੀ, ਮੋਟਰਸਾਈਕਲ ਵੀ ਚਲਾ ਲੈਣਾ, ਟਰੈਕਟ ਵੀ ਚਲਾ ਲੈਣਾ, ਮੈਂ ਛੋਟੇ ਸਾਰੇ ਹਰੇਕ ਮਸ਼ੀਨਰੀ 'ਤੇ ਚਲਾਉਣਾ, ਮੈਂ ਜੀ ਠੋਰੀਆਂ ਭੱਜ ਵੀ ਲੈਂਦਾ, ਮੈਂ ਭੁੰਜੇ ਬੈਠ ਵੀ ਜਾਂਦਾ, ਮੱਥਾ ਵੀ ਟੇਕ ਲੈਂਦਾ। ਵੀ ਬਹੁਤ ਬਹੁਤ ਇਹ ਡਾਕਟਰ ਸਾਹਿਬ ਦਾ ਧੰਨਵਾਦ ਹੈ।
ਮੈਂ ਦਲੀਪ ਸਿੰਘ, ਪਿੰਡ ਮਾਲਾ ਕਲਾਂ, ਡਿਸਟ੍ਰਿਕਟ ਮੋਗਾ। ਮੈਂ ਹਸਪਤਾਲ 2019 ਤੋਂ ਜੁੜਿਆ। ਮੇਰੇ ਫਾਦਰ ਸਾਹਿਬ ਬਾਜੀ ਟੁੱਟ ਗਈ ਅਤੇ ਅੰਮ੍ਰਿਤਸਰ ਹੀ ਲੈ ਕੇ ਉਹਦੇ 5 ਲੱਖ ਰੁਪਏ ਲਵਾਂਗੇ। ਇਹਨਾਂ ਨੇ ਸਿਰਫ ਥੋੜ੍ਹਾ 3,000 ਦਿੱਤੀ। ਮੈਂ ਪਿੰਡ ਕੋਟ ਸ਼ਮੀਰ ਜਰਨੈਲ ਸਿੰਘ ਮੈਂ, ਮੇਰੇ ਡਾਕਟਰ ਸਾਹਿਬ ਨੇ ਦੋਨੇ ਗੋਡੇ ਬਦਲੇ ਹੋਏ ਆ ਜੀ। ਇੱਕ ਨੂੰ 3 ਸਾਲ ਹੋ ਗਏ, ਇੱਕ ਨੂੰ 3 ਮਹੀਨੇ ਹੋਏ। ਇਹ ਸਟਾਫ ਨਾ ਮੇਰਾ 1985 ਤੋਂ ਲੈ ਕੇ ਬਾਅਦ ਜੀ ਬਹੁਤ ਵਧੀਆ, ਜਿੰਨੇ ਵੀ ਕਹਿਦੇ ਹੁੰਦੇ ਮਿਹਨਤੀ ਡਾਕਟਰ ਜੀ। ਪਹਿਲਾਂ ਮੇਰੇ ਨਾ ਪੈਰ 'ਤੇ ਸੱਟ ਵੱਜ ਗਈ ਸੀ ਅਤੇ ਡਾਕਟਰ ਸਾਹਿਬ ਕਹਿੰਦੇ ਵੱਢਣਾ ਪਊਗਾ। ਮੈਂ ਨਾ ਉਰੇ ਬੇਨਤੀ ਕਰੀ, ਮਖਾਈ ਜੀ ਮੈਂ ਇਕੱਲਾ ਹੀ ਹਾਂ ਕੰਮ ਕਰਨ ਵਾਲਾ, 2 ਮੇਰੇ ਭੈਣਾਂ ਵਿਆਹਣ ਵਾਲੇ, ਕਿਵੇਂ ਮਰਜ਼ੀ ਕਰੋ। ਫਿਰ ਇਹਨਾਂ ਨੇ 8 ਘੰਟਿਆਂ 'ਚ ਮੇਰਾ ਪੈਰ ਸੈੱਟ ਕਰਿਆ ਤਰਨਪੁਰੋਂ ਪਾ ਕੇ, ਅਤੇ ਬਹੁਤ ਵਧੀਆ ਮਾਣ ਵੀ ਵਾਹਲਾ ਨਾ ਜੀ। ਇਸ ਮੌਕੇ ਇਨ੍ਹਾਂ ਵਿਅਕਤੀਆਂ ਨੇ ਭੰਗੜਾ ਪਾ ਕੇ ਗੋਡਿਆਂ ਦੇ ਸਹੀ ਕੰਮ ਕਰਨ ਦਾ ਪੁਖਤਾ ਸਬੂਤ ਵੀ ਦਿੱਤਾ। ਇਸ ਮੌਕੇ ਪਹੁੰਚੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ ਵੱਲ ਜਾਂ ਕਿਸੇ ਹੋਰ ਵੱਡੇ ਸ਼ਹਿਰ ਵੱਲ ਨਾ ਜਾ ਕੇ ਡਾਕਟਰ ਅੰਮ੍ਰਿਤ ਗੁਪਤਾ ਅਤੇ ਡਾਕਟਰ ਮੋਹਿਤ ਗੁਪਤਾ ਨੇ ਬਠਿੰਡਾ ਖੇਤਰ ਦੇ ਲੋਕਾਂ ਨੂੰ ਆਧੁਨਿਕ ਇਲਾਜ ਦੇਣ ਨੂੰ ਤਰਜੀਹ ਦਿੱਤੀ ਹੈ, ਜਿਸ ਦੇ ਲਈ ਉਹ ਵਧਾਈ ਦੇ ਪਾਤਰ ਹਨ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਮੀਡੀਅਮ ਇੰਡਸਟਰੀਜ਼ ਦੇ ਚੇਅਰਮੈਨ ਨੀਲ ਗਰਗ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਪੰਜਾਬ ਸ਼ੂਗਰ ਫੈਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ, ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਅਤੇ ਸ਼ਹਿਰ ਦੀਆਂ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਆਪਣੇ ਸੰਬੋਧਨ ਵਿੱਚ ਆਰਥੋਪੈਡਿਕ ਮਾਹਿਰ ਡਾਕਟਰ ਮੋਹਿਤ ਗੁਪਤਾ ਨੇ ਕਿਹਾ ਕਿ ਇਹ ਰੋਬੋਟ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ USFDA ਤੋਂ ਪ੍ਰਮਾਣਿਤ ਸਰਜਨ ਨਿਯੰਤ੍ਰਿਤ ਰੋਬੋਟ ਹੈ। ਡਾਕਟਰ ਮੋਹਿਤ ਗੁਪਤਾ ਨੇ ਦੱਸਿਆ ਕਿ ਰੋਬੋਟਿਕ ਸੈਂਟਰ ਲਾਂਚ ਤੇ ਮਰੀਜ਼ਾਂ ਨੂੰ ਕਈ ਤਰ੍ਹਾਂ ਦੇ ਆਫਰ ਅਤੇ ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਹੱਡੀਆਂ ਅਤੇ ਜੋੜਾਂ ਦੇ ਮਾਹਿਰ ਡਾਕਟਰ ਮੋਹਿਤ ਗੁਪਤਾ ਪਿਛਲੇ 16 ਸਾਲ ਦੌਰਾਨ 10,000 ਤੋਂ ਜ਼ਿਆਦਾ ਗੋਡਿਆਂ ਦੇ ਸਫਲ ਆਪਰੇਸ਼ਨ ਕਰ ਚੁੱਕੇ ਹਨ।